ਸਮਾਣਾ ਸਦਰ ਪੁਲਿਸ ਵੱਲੋਂ ਕਥਿਤ ਦੋ ਯੁਵਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਹੜੇ ਕਥਿਤ ਨੌਜਵਾਨ ਹੈ ਇਹਨਾਂ ਨੇ ਦੱਸਿਆ ਕਿ ਉਹ ਨਸ਼ਾ ਕਰਦੇ ਹੈ ਚਿੱਟੇ ਦਾ, ਇਸ ਕਰਕੇ ਚੋਰੀ ਦੀ ਵਾਰਦਾਤਾਂ ਕਰਦੇ ਹਨ। ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ, ਇਹਨਾਂ 'ਤੇ ਮੁਕਦਮਾ ਦਰਜ ਕਰਕੇ ਆ ਸਮਾਣਾ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ। ਤਾਂ ਇਹਨਾਂ ਤੋਂ ਕੀ ਬਰਾਮਦਗੀ ਹੋਈ ਹੈ? ਪੁਲਿਸ ਅਧਿਕਾਰੀ ਹੈ ਰਾਜਕੁਮਾਰ ਜੀ। ਪਿੰਡ ਫਤਿਹ ਮਾਜਰੀ ਤੋਂ ਮੋਟਰ ਤੋਂ ਤਾਰਾਂ ਚੋਰੀ ਕੀਤੀਆਂ ਸੀ, ਉਸ ਤੋਂ ਬਾਅਦ ਇਹ ਤਾਰਾਂ ਚੋਰੀ ਕਰਕੇ ਭੱਜ ਗਏ ਸੀਗੇ। ਅਸੀਂ CCTV ਫੁਟੇਜ ਲੈ ਕੇ ਕੈਮਰੇ ਰਾਹੀਂ ਇਹਨਾਂ ਦੇ ਮੋਟਰਸਾਈਕਲ ਦਾ ਨੰਬਰ ਉੱਥੋਂ ਆ ਗਿਆ ਸੀ, ਅਤੇ ਵੈਸੇ ਵੀ ਇਹਨਾਂ ਨੂੰ ਜਿਹੜਾ ਮਾਲਕ ਹੈ ਉਹ ਇਹਨਾਂ ਨੂੰ ਪਹਿਲਾਂ ਜਾਣਦਾ ਸੀ, ਕਿਉਂਕਿ ਇਹਨਾਂ ਨੇ 2-3 ਚੋਰੀਆਂ ਦਾ ਪਹਿਲਾਂ ਇਲਜ਼ਾਮ ਲੱਗਿਆ ਇਹਨਾਂ 'ਤੇ, ਉਹ ਜਾਣਦਾ ਸੀ। ਉਹਨਾਂ ਨੇ ਸਾਨੂੰ ਬਾਈ ਨੇ ਵੀ ਦੱਸਤਾ ਕਿ ਫਲਾਣੇ ਬੰਦੇ ਦਾ ਮੋਟਰਸਾਈਕਲ ਹੈ, ਵੀ ਉਹਨਾਂ ਨੇ ਚੋਰੀਆਂ ਕੀਤੀਆਂ ਨੇ। ਉਹ ਮੋਟਰਸਾਈਕਲ ਤੋਂ ਬਾਅਦ ਅਸੀਂ ਇਹਨਾਂ ਨੂੰ ਟਰੇਸ ਕਰ ਲਿਆ ਸੀ, ਦੋਵਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ। ਇੱਕ ਦਾ ਰਾਜੂ ਸਿੰਘ ਹੈ, ਪਿੰਡ ਡਰੌਲਾ, ਅਤੇ ਦੂਸਰੇ ਦਾ ਅਮਰਜੀਤ ਸਿੰਘ, ਵਾਸੀ ਟੋਹਾਣਾ। ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਜਿਹੜੀ ਉਸ ਦਿਨ ਰਾਤ ਇਹਨਾਂ ਨੇ ਤਾਰਾਂ ਕੱਟੀਆਂ ਸੀ ਉਹ ਬਰਾਮਦ ਕਰ ਲਈਆਂ ਨੇ ਅਸੀਂ, ਅਤੇ ਅੱਜ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਅਦਾਲਤ 'ਚ। ਦੇਖਦੇ ਹਾਂ ਜੋ ਵੀ ਅਗਲੀ ਕਾਰਵਾਈ ਆ। ਉਹ ਨਸ਼ਾ ਕਰਦੇ ਕਿਸੇ ਕਰਦੇ ਚਿੱਟੇ ਦਾ ਜੀ? ਬਸ ਉਰੇ ਹੀ ਕਰੀ ਜਾਣਾ ਜਨਾਬ, ਦੋ ਜਗ੍ਹਾ ਵੀ ਕਰੀਆਂ ਨਾ ਜੀ।